ਕੀ ਹਾਲ ਚਾਲ ਸਭ ਤੋਂ ਪਹਿਲੇ ਸਾਰੇ ਵਧੀਆ ਹੋਵੋਗੇ ਬੀ ਮਾਈਨ ਰੂਪ ਬਾਈ ਦੇ ਬਹੁਤ ਪਿਆਰੇ ਗਾਣੇ ਹੁੰਦੇ ਨੇ ਹੀ ਗੋਟ ਸੱਚ ਅ ਲਵਲੀ ਵੋਕਲ ਠੀਕ ਹੈ ਬਹੁਤ ਸੋਹਣੇ ਬਾਈ ਦੇ ਲਿਰਿਕਸ ਹੁੰਦੇ ਆ ਹਾਂ ਬਾਈ ਥੋੜ੍ਹਾ ਜਿਹਾ ਚੱਕਵਾਂ ਜ਼ਰੂਰ ਹੈ ਠੀਕ ਹੈ ਵੀਡੀਓ ਦੇ ਮਾਮਲੇ 'ਚ ਬਾਕੀ ਕੰਮ ਘੈਂਟ ਹੈ ਅਪੋਲੋ ਕਾਰਡੀਆ ਇਹਨਾਂ ਨੇ ਕੀ ਕੀਤਾ ਜੀ ਰਿਟਨ ਐਂਡ ਕੰਪੋਜ਼ ਬਾਈ ਰੂਪ ਐਂਡ ਅਪੋਲੋ ਕਾਰਡੀਆ ਓਕੇ ਪਰਫੋਰਮਿੰਗ ਆਰਟਿਸਟ ਦੋਨੋਂ ਨੇ ਮਿਊਜ਼ਿਕ ਪ੍ਰੋਡਿਊਸਰ ਬਾਈ ਪਰਮ ਸਿੱਖੋ ਮਿਕਸ ਵੀ ਪਰਮ ਬਾਈ ਦਾ ਮਾਸਟਰ ਸਲਮੋਰਲ ਸਟੂਡੀਓਜ਼ ਡਾਇਰੈਕਟਰ ਸਿਨਮਾਟੋਗ੍ਰਾਫੀ ਹਰਪਿੰਦਰ ਬਾਈ ਵੀਡੀਓ ਐਡੀਟਿੰਗ ਲੂਸੀ ਫਰ ਮੀਡੀਆ ਐਂਡ ਐਗਜ਼ੀਕਿਊਟਿਵ ਪ੍ਰੋਡਿਊਸਰ ਕਰਮ ਰਾਏ ਕੋਈ ਬਹਾਨਾ ਨੀ ਆ ਜਾਣੀ ਬਾਹ ਚ ਆ ਜਾਣੀ ਆ ਜਾਣੀ ਤੈਨੂੰ ਮੈਂ ਲੈ ਕੇ ਨੀ ਜਾਵਾਂ ਨੀ ਦੂਰ ਨੀ ਕਿਤੇ ਤੂੰ ਮੰਨਦੀ ਤਾਂ ਸਹੀ ਨੀ ਲਾ ਕੇ ਤੂੰ ਕੋਈ ਬਹਾਨਾ ਨੀ ਆ ਜਾਣੀ ਬਾਹ ਚ ਆ ਜਾਣੀ ਆ ਜਾਣੀ ਕਰੀ ਦੇ ਤੂੰ ਹਾਂ ਨਾ ਮੈਂ ਛੱਡਾਂ ਤੇਰੀ ਬਾਹ ਹੋ ਜਾ ਮੇਰੀ ਸੋਹਣੀਏ ਹੋ ਜਾ ਮੇਰੀ ਸੋਹਣੀਏ ਕਰੀ ਦੇ ਤੂੰ ਹਾਂ ਨਾ ਮੈਂ ਛੱਡਾਂ ਤੇਰੀ ਬਾਹ ਹੋ ਜਾ ਮੇਰੀ ਸੋਹਣੀਏ ਹੋ ਜਾ ਮੇਰੀ ਸੋਹਣੀਏ ਸੱਚ ਲਵਲੀ ਯਾਰ ਨੀ ਪਰ ਤੂੰ ਆਖਰੀ ਖੋਰੀ ਕਿਉਂ ਬੰਦੀ ਪਹੇਲੀ ਤੂੰ ਥੋੜੀ ਚੱਕ ਵੀ ਬਣਾ ਰੱਖੀ ਪਤੰਦਰ ਨੇ ਠੀਕ ਹੈ ਬਟ ਇੱਕ ਤੁਸੀਂ ਗੱਲ ਦੇਖੋ ਲਾਈਕ ਆਰਟ ਵੱਲ ਧਿਆਨ ਦਿਓ ਠੀਕ ਆ ਉਹ ਚੀਜ਼ ਕਿੰਨੀ ਪਿਆਰੀ ਹੈ ਨਾ ਲਾਈਕ ਮਤਲਬ ਪੰਜਾਬ ਕਿੰਨਾ ਮਤਲਬ ਇੱਕ ਤਰੀਕੇ ਨਾਲ ਪੰਜਾਬੀ ਵੋਕਲ ਸਾਡੀ ਪੰਜਾਬੀ ਲੈਂਗੁਏਜ ਸਾਡੀ ਕਿਸ ਲੈਵਲ 'ਤੇ ਗਰੋ ਹੋ ਰਹੀ ਹੈ ਨਾ ਕਿੰਨੇ ਸੋਹਣਾ ਮਿਊਜ਼ਿਕ ਆ ਕਿੰਨੀ ਇੱਕ ਕ੍ਰਿਸਪ ਜੀ ਵੋਕਲ ਆ ਡਿਫਰੈਂਟ ਡਿਫਰੈਂਟ ਲੇਅਰਸ ਚੱਲ ਰਹੀਆਂ ਨੇ ਹੁੱਕ ਲਾਈਨ 'ਤੇ ਹੈ ਨਾ ਹੋਰ ਹੈਵੀ ਥੋੜ੍ਹੀ ਨੋਰਮਲ ਜਿਹੜੀ ਚੱਲ ਰਹੀ ਉਸ ਤੋਂ ਬਾਅਦ ਸ਼ਾਰਪ ਉੱਪਰ ਵਾਲੀ ਹੈ ਨਾ ਉੱਪਰ ਅਪਸਕੇਲ ਤੇਰੀ ਨੀ ਰਹਾ ਜੀ ਹੱਥ 'ਚ ਫੇਰਾ ਨਹੀਂ ਖੋਇਆ ਮੈਂ ਹੁਣ ਅਸੀਂ ਬਾਹਾਂ 'ਚ ਰਾਤ ਨੂੰ ਸਾਹ 'ਚ ਨੀਂਦ ਗਵਾਈਆਂ ਨਾ ਸੋਇਆ ਮੈਂ ਓਹ ਮੈਂ ਰਾਤ ਤੇ ਥਿੰਕਿੰਗ ਅ ਲੋਟ ਦ ਥਿੰਗਸ ਦੈਟ ਵੀ ਹੈਡ ਦ ਥਿੰਗਸ ਦੈਟ ਵੀ ਗਾਟ ਨਾ ਪੁੱਛੀ ਤੂੰ ਬਾਤ ਛੱਡਿਆ ਸਾਥ ਦੱਸ ਦੇ ਮੈਨੂੰ ਜਿਵੇਂ ਫਲੋ ਦੇਖੋ ਇਸ ਫਲੋ ਦੇ ਨਾ ਲੋਟ ਦ ਥਿੰਗਸ ਦੈਟ ਵੀ ਹੈਡ ਦ ਥਿੰਗਸ ਦੈਟ ਵੀ ਗਾਟ ਨਾ ਪੁੱਛੀ ਤੂੰ ਬਾਤ ਛੱਡਿਆ ਸਾਥ ਦੱਸ ਦੇ ਮੈਨੂੰ ਜੇ ਮੇਰੇ ਚ ਕਾਟ ਨਾ ਦਿੱਤਾ ਜਵਾਬ ਤੁਸੀਂ ਜਨਾਬ ਕੱਟਿਆ ਫੋਨ ਤੋਂ ਲੈ ਅਸੀਂ ਆਪ ਪੀਤੀ ਸ਼ਰਾਬ ਮੇਰਾ ਦਿਮਾਗ ਤੂੰ ਕੀਤਾ ਖਰਾਬ So damn good man, damn, kya baat hai ਅਲਾਪ ਦੇਖੇ ਤੁਸੀਂ ਸਾਈਡ ਤੇ ਵੋਕਲਸ ਕਿਆ ਵਾਰ ਅਲਾਪ ਯਾਰ ਸੈਕਸੀ ਟੂ ਬੀ ਕੰਟੀਨਿਊਡ ਬੇਬੀ ਓਕੇ ਕੇ 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 ਕਿਆ ਵਾਰ ਯਾਰ ਸਵਾਦ ਲਿਆਤਾ ਰੂਪ ਨੇ ਛੋਟਾ ਜਿਹਾ ਗਾਣਾ ਬਟ ਇਟਸ ਸੱਚ ਅ ਲਵਲੀ ਮੈਲੋਡੀਅਸ ਟਰੈਕ ਠੀਕ ਆ ਮਤਲਬ ਮੈਂ ਇਹ ਗੱਲ ਕਹੂੰਗਾ ਕਿ ਨਿਊ ਨਿਊ ਡੋਰਸ ਓਪਨ ਹੋ ਰਿਹਾ ਆਰਟਿਸਟ ਵਾਸਤੇ ਐਂਡ ਯੂਟਿਊਬ ਇਜ਼ ਸੱਚ ਅ ਗੁੱਡ ਥਿੰਗ ਯੂਟਿਊਬ ਸਪੋਟੀਫਾਈ ਹਨ ਹਰ ਬੰਦਾ ਕਿਤੇ ਨਾ ਕਿਤੇ ਖੁਦ ਦਾ ਪਰਸਨਲ ਕੰਮ ਕਰ ਸਕਦਾ ਉਹਨੂੰ ਕਿਸੇ ਦੀ ਲੇਬਲ ਦਾ ਸਹਾਰਾ ਲੈਣ ਦੀ ਲੋੜ ਨਹੀਂ ਅੱਜ ਕੱਲ੍ਹ ਵਧੀਆ ਤਰੀਕੇ ਨਾਲ ਠੀਕ ਹੈ ਨਾ ਬੰਦਾ ਖੁਦ ਦਾ ਲੇਬਲ ਬਣਾ ਸਕਦਾ ਸੋ ਚੀਜ਼ਾਂ ਕਰ ਸਕਦਾ ਠੀਕ ਹੈ ਬਾਕੀ ਮੈਂ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਹਿ ਰਿਹਾ ਕਿ ਵੀਰੇ ਦੀ ਵੋਕਲ ਮੈਨੂੰ ਬਹੁਤ ਪਸੰਦ ਆ ਸੀਰੀਅਸ ਮੈਂ ਲਾਸਟ ਟਾਈਮ ਬਾਈ ਦਾ ਗਾਣਾ ਕੀਤਾ ਸੀਗਾ ਮੈਨੂੰ ਗਾਣੇ ਦਾ ਨਾਮ ਭੁੱਲ ਗਿਆ ਬਾਈ ਦੇ ਚੈਨਲ 'ਤੇ ਪਿਆ ਹੋਊਗਾ ਤੁਸੀਂ ਚੈੱਕ ਕਰ ਸਕਦੇ ਰੂਪ ਬਾਈ ਦੇ ਚੈਨਲ ਇੱਕ ਉੱਥੇ ਵੀ ਪਿਆ ਇੱਕ ਪੈਰਾਮੈਡਿਕ ਚਲੋ ਤਾਂ ਪੈਂਡਮਿਕ ਰੈਕਡਸ 'ਤੇ ਆਏ ਗਾਣੇ ਠੀਕ ਹੈ ਬਸ ਸਟਿਲ ਯਾਰ ਲਵਲੀ ਕੰਮ ਯਾਰ ਬਹੁਤ ਪਿਆਰਾ ਕੰਮ ਬਾਈ
ਕੋਈ ਚੱਕਰ ਨਹੀਂ, ਵੀਡੀਓ ਵੂਡੀਓ ਦਾ ਐਡਾ ਕੋਈ ਚੱਕਰ ਨਹੀਂ ਹੁੰਦਾ ਹੈਗਾ, ਪਰ ਕੰਮ ਵਧੀਆ ਹੋਣਾ ਚਾਹੀਦਾ, ਐਂਡ ਪ੍ਰੋਡਕਟ ਘੈਂਟ ਬਣਨਾ ਚਾਹੀਦਾ, ਦੈਟ ਸੈਟ ਸੱਚ ਮੋਸ਼ਨ ਬਲਰ ਫੀਲਸ, ਠੀਕ ਹੈ, ਇੱਕ ਰੋਮੈਂਟਿਕ ਵਾਈਬ ਜਿਹੜੀ ਦੇਣੀ ਚਾਹੀਦੀ ਉਹ ਤਾਂ ਹੋ ਰਿਹਾ ਠੀਕ ਹੈ, ਕੋਈ ਚੱਕਰ ਨਹੀਂ ਹੈਗਾ, ਇੰਨਾ ਕੁੱਪਣ ਮਾਂ ਡਿਮਾਂਡ ਹੈ ਸਾਰਾ ਦਾ ਨੈੱਟਫਲਿਕਸ ਵਾਲੇ ਦੇਖਦੇ ਸਾਰੇ, ਕੋਈ ਚੱਕਰ ਨਹੀਂ, ਖਿੱਚ ਕੇ ਰੱਖੋ, ਸਤਿ ਸ਼੍ਰੀ ਅਕਾਲ।